ਦੁਨੀਆ ਵਿੱਚ ਜੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਮਾਂ ਦਾ ਰਿਸ਼ਤਾ ਸਭ ਤੋਂ ਉੱਚਾ ਹੁੰਦਾ ਹੈ। ਮਾਂ ਦਾ ਰੋਲ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸ਼੍ਰੀਮਤੀ ਰਾਜ ਰਾਣੀ ਜੀ, ਸ਼੍ਰੀਮਤੀ ਰਾਜ ਰਾਣੀ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਪੜ੍ਹੇ ਲਿਖੇ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸ਼੍ਰੀਮਤੀ ਰਾਜ ਰਾਣੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਾਮ ਹਾਲ ਦੇਵੀ ਤਲਾ ਮੰਦਿਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ।
ਬਰਸਾਤ ਹੈ ਚਾਹੇ ਸਰਦੀ ਹੈ ਚਾਹੇ ਗਰਮੀ ਹੈ, ਰੋਜ਼ਾਨਾ ਹੀ ਜਾਣਾ ਲੱਗੇ ਪਿਆ। ਔਰ ਉੱਥੇ ਇੱਕ ਦਿਨ ਕੀ ਹੋਇਆ, ਉੱਥੇ ਪੰਡਿਤ ਜੀ ਨੇ ਬੋਲਿਆ ਵੀ ਮਾਤਾ ਦੇ ਮੰਦਿਰ ਕੋਲ ਸੋਨੇ ਦਾ ਬਣਾਉਣਾ ਹੈ। ਅਸੀਂ ਆਫਿਸ 'ਚ ਬੈਠੇ ਸੀ, ਭਗਵਾਨ ਦਾਸ ਖੋਸਲਾ ਜੀ ਮੇਰੇ ਨਾਲ ਬੈਠੇ ਸੀ, ਉੱਥੇ ਕੈਮਰੇ ਲੱਗੇ ਸੀ, ਦੇਖ ਰਹੇ ਸੀ। ਮਾਤਾ ਜੀ ਨੇ ਉਹਨਾਂ ਨੂੰ ਪੈਸੇ ਦੇਣੇ ਚਾਹੇ, ਉਹ ਕਹਿੰਦੇ ਨਹੀਂ, ਦਫ਼ਤਰ ਤੇ ਜਾ ਕੇ ਦਿਓ। ਔਰ ਮਾਤਾ ਜੀ ਨੇ ਕੀ ਕੀਤਾ, ਜਿੰਨੇ ਪੈਸੇ ਸੀ ਸਾਰੇ ਦੇ ਤੇ ਆਲ ਪਕੜੋ। ਉਹਨਾਂ ਕਿਹਾ ਮਾਤਾ ਜੀ ਆਪਣਾ ਨਾਂ ਦੱਸੋ, ਕਹਿੰਦੇ ਨਹੀਂ, ਨਾਂ ਨਹੀਂ ਲਿਖਣਾ, ਮੇਰਾ ਨਾਮ ਨਹੀਂ ਲਿਖਣਾ, ਇਹ ਗੁਪਤ ਲਿਖਣਾ ਹੈ। ਐਸੀ ਮਾਤਾ ਦੀ ਭਾਵਨਾ ਸੀ। ਅੱਜ ਸਵਰਗੀ ਸਾਧੂ ਰਾਮਦੇਵਾਲ ਜੀ ਜਿਹੜੇ ਕਿ ਮਹਾਤਮਾ ਹੋਏ ਸੀ, ਉਹ ਵੀ ਇਸ ਸੰਸਾਰ 'ਚ ਚਲੇ ਗਏ। ਔਰ ਸਵਰਗੀ ਮਾਤਾ ਰਾਜਲਾਨੀ ਅੱਜ ਬਗੀਚਾ ਲਾ ਕੇ ਗਏ ਹਨ। ਉਸ ਬਗੀਚੇ ਦੇ ਵਿੱਚ ਸੱਤ ਫੁੱਲ ਲਾ ਕੇ ਗਏ ਹਨ ਰਮੇਸ਼ ਅਗਰਵਾਲ ਜੀ, ਦਵਿੰਦਰ ਅਗਰਵਾਲ ਜੀ, ਯਸ਼ਪਾਲ ਅਗਰਵਾਲ ਜੀ, ਕਮਲ ਅਗਰਵਾਲ ਜੀ, ਦੀਪਕ ਅਗਰਵਾਲ ਜੀ, ਔਰ ਚੰਦਰ ਸ਼ੇਖਰ ਜੀ, ਔਰ ਰਜੇਸ਼ ਅਗਰਵਾਲ ਜੀ। ਇਹ ਜਿਹੜੇ ਫੁੱਲ ਹਨ ਬਗੀਚੇ ਦੇ ਵਿੱਚ, ਇਹਦੇ ਨਾਲ ਕਲੀਆਂ ਦੇ ਰੂਪ ਦੇ ਵਿੱਚ ਸੰਤੋਸ਼ ਰਾਣੀ ਜੀ, ਮੀਨੂ ਜੀ, ਸਿਮੀ ਜੀ, ਰਜਨੀ ਜੀ, ਪਾਇਆ ਜੀ, ਸੋਨੀਆ ਜੀ, ਅਰਿਤਾ ਜੀ, ਇਹਨਾਂ ਦੇ ਨਾਲ ਕਲੀਆਂ ਦੇ ਰੂਪ ਦੇ ਵਿੱਚ ਇੱਕ ਬਗੀਚੇ ਦੀ ਸਜਾਵਟ ਕੀਤੀ ਹੈ। ਔਰ ਇਸ ਦੇ ਵਿੱਚ ਪੱਤਿਆਂ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਾਰ ਹੈ, ਰਿਸ਼ਭ, ਤੁਸ਼ਾਰ, ਗਹਿਮਾ, ਰਿਤਕਾ, ਦੇਵ, ਮੁਸਕਾਨ, ਪਲਕ, ਕੁਨਾਲ, ਵੰਸ਼ਕਾ, ਦੇਵਾਂਸ਼ੂ, ਮਨੀਸ਼, ਮੁਗਲ, ਰਿਚਕਾ, ਸਾਰਾਸ਼, ਮਾਨਿਆ, ਜੈਵਿਨ, ਸ਼ੌਰੇ, ਅਯਾਸ਼, ਵਿਕਨ, ਲੋਰਨ, ਪ੍ਰਾ, ਇਹ ਸਾਰੇ ਪੱਤਿਆਂ ਦੇ ਵਿੱਚ ਇੱਕ ਐਸਾ ਬਗੀਚਾ ਸਜਾਇਆ ਹੈ ਜਿਹਦੀ ਸਜਾਵਟ ਦੇਖਦਿਆਂ ਹੀ ਬਣਦੀ। ਜੋ ਇਸ ਪਰਿਵਾਰ ਨੇ, ਇਸ ਮਾਂ ਨੇ ਸਮਾਜ ਦੇ ਵਿੱਚ ਪਿਆਰ ਵੰਡਿਆ ਹੈ, ਅੱਜ ਉਸ ਮੀਟਰ ਦਾ ਸਮਾਂ ਹੈ। ਕੋਈ ਵੀ ਜਲੰਧਰ ਦੀ ਸ਼ਖਸੀਅਤ ਇਹੋ ਜਿਹੀ ਨਹੀਂ ਹੈ ਜਿਹੜਾ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨੂੰ ਨਹੀਂ ਹੈ। ਅਗਰ ਮਾਂ ਦਾ ਆਪਾਂ ਪੂਰਾ ਜੀਵਨੀ ਵੇਖੀਏ ਤੇ ਉਹਨਾਂ ਨੇ ਇਸ ਪਰਿਵਾਰ ਨੂੰ ਸਿਰਜਿਆ ਤੇ ਇਕਜੁੱਟ ਰੱਖਿਆ। ਬਹੁਤ ਵੱਡਾ ਪਰਮੰਨਿਆ ਇਹ ਪਰਿਵਾਰ ਜਲੰਧਰ ਦਾ ਹੈਗਾ, ਜਿਹਦੇ ਵਿੱਚ ਸੱਤ ਭਰਾ ਇੱਕ ਭੈਣ। ਇਸ ਪਰਿਵਾਰ ਨੂੰ ਉਹਨਾਂ ਨੇ ਇੱਕ ਬਗੀਚੇ ਵਾਂਗ ਬਣਾ ਕੇ ਰੱਖਿਆ ਤੇ ਅੱਜ ਤੱਕ ਵੀ ਇਹ ਇੱਕ ਦੂਜੇ ਦਾ ਸਾਰੇ ਸਹਿਚਾਰ। ਇਹ ਸਿਰਫ ਜਿਹੜੀ ਦੇਣ ਹੈ ਇਸ ਪੂਜੇ ਮਾਤਾ ਜੀ ਦੀ ਦੇਣ ਰਹੀ। ਮੈਂ ਅਗਰਵਾਲ ਪਰਿਵਾਰ ਵੱਲੋਂ ਸਾਰਿਆਂ ਦਾ ਇੱਥੇ ਜਿਹੜੇ ਕਦਮ ਲੱਗ ਕੇ ਇੱਥੇ ਆਏ ਹੈਗੇ ਉਹ ਸਿਰ ਮੱਥੇ ਤੇ ਸਾਰਿਆਂ ਦਾ ਇੱਥੇ ਆਏ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਇਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਇਸ ਦਿਵੰਗਤ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਬਖਸ਼ਿਓ, ਪਿੱਛੇ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਓਮ ਸ਼ਾਂਤੀ ਸ਼ਾਂਤੀ।